ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਮੇਰੇ ਘਰ ਦੇ ਵੀ ਬੋਲਦੇ ਨੇ ਕਿ ਧੰਨਿਆ ਉਹ ਜਿਹੜੇ ਤੈਨੂੰ ਸੁਣ ਲੈਂਦੇ ਆ ਕਾਸ਼ ਉਹ ਕੁੜੀ ਬੱਕਰੀ ਹੁੰਦੀ ਠੀਕ ਹੈ ਜੀ ਕਾਸ਼ ਉਹ ਕੁੜੀ ਬੱਕਰੀ ਹੁੰਦੀ ਤੇ ਮੈਨੂੰ ਸਸਤੇ ਭਾਅ ਵਿੱਚ ਟੱਕਰੀ ਹੁੰਦੀ ਮੈਂ ਵੀ ਉਹਨੂੰ ਘਾਹ ਖਵਾਉਂਦਾ ਤੇ ਕੰਨੋਂ ਫੜ ਕੇ ਪਿੱਛੇ ਲਾਉਂਦਾ ਤੇ ਜਦ ਮੈਂ ਪੁੱਛਦਾ ਮੇਰੇ ਉੱਤੇ ਕੌਣ ਹੈ ਮਰਦੀ ਤੇ ਫੋਰ ਨੋ ਮੈਂ ਕਰਦੀ ਕਾਸ਼ ਉਹ ਕੁੜੀ ਮੁਰਗੀ ਹੁੰਦੀ ਕਾਸ਼ ਉਹ ਕੁੜੀ ਮੁਰਗੀ ਹੁੰਦੀ ਮੈਨੂੰ ਛੱਡ ਕੇ ਤੁਰ ਗਈ ਹੁੰਦੀ ਚਾਹੇ ਆਉਂਦੀ ਕਿਸੇ ਹਵਾਲੇ ਲੱਗਦੇ ਉਹਨੂੰ ਚਿਕਨ ਮਸਾਲੇ ਕੀ ਸਾਡੀ ਹਾਂਡੀ ਖਾਲੀ ਹੁੰਦੀ ਨਾ ਜਾਂ ਅੰਡਾ ਜਾਂ ਭੁਰਜੀ ਹੁੰਦੀ ਕਾਸ਼ ਉਹ ਕੁੜੀ ਮੁਰਗੀ ਹੁੰਦੀ ਕਾਸ਼ ਉਹ ਕੁੜੀ ਸ਼ਰਾਬ ਹੁੰਦੀ ਕਾਸ਼ ਉਹ ਕੁੜੀ ਸ਼ਰਾਬ ਹੁੰਦੀ ਫਿਰ ਪੱਕੀ ਗੱਲ ਜਨਾਬ ਹੁੰਦੀ ਮੈਂ ਕੁਝ ਤਾਂ ਉੱਤੋਂ ਸਿੱਖਿਆ ਹੁੰਦਾ ਪੀਣਾ ਸਿਹਤ ਲਈ ਹਾਨੀਕਾਰਕ ਉਹਦੇ ਮੱਥੇ 'ਤੇ ਜੇ ਲਿਖਿਆ ਹੁੰਦਾ ਕਾਸ਼ ਉਹ ਕੁੜੀ ਸ਼ਰਾਬ ਹੁੰਦੀ ਅਤੇ ਕਾਸ਼ ਉਹ ਕੁੜੀ ਕੁੜੀ ਹੁੰਦੀ ਕਾਸ਼ ਉਹ ਕੁੜੀ ਕੁੜੀ ਹੁੰਦੀ ਇੰਝ ਧੋਖਿਆਂ ਵਿੱਚ ਨਾ ਰੁੜੀ ਹੁੰਦੀ ਇੰਨਾ ਪਿਆਰ ਆਉਂਦਾ ਸਾਡੇ ਖੀਸਿਆਂ 'ਚ ਜਿਵੇਂ ਰੱਬ ਨਾਲ ਕੋਈ ਮਿਲੀ ਜੁਲੀ ਹੁੰਦੀ ਕਾਸ਼ ਉਹ ਕੁੜੀ ਬਸ ਕੁੜੀ ਹੁੰਦੀ ਅਤੇ ਮੇਰੇ ਬ੍ਰੇਕਅਪ ਤੋਂ ਬਾਅਦ ਮੈਂ ਹਾਂ ਹੋ ਗਿਆ ਉਸ ਤੋਂ ਬਾਅਦ ਕੋਸ਼ਿਸ਼ ਤਾਂ ਬੜੀ ਕੀਤੀ ਪਰ ਗੱਲ ਨਹੀਂ ਬਣੀ ਦੁਬਾਰਾ ਐਂ ਹੀ ਨਹੀਂ ਕਿ ਮੇਰਾ ਪਿਆਰ ਸੱਚਾ ਸੀ ਮੇਰੀਆਂ ਬਸ ਕੋਸ਼ਿਸ਼ਾਂ ਨਾਕਾਮ ਰਹੀਆਂ ਅਤੇ ਪਹਿਲੀ ਗੱਲ ਕਿ ਛੇਤੀ ਕੋਈ ਫਸੀ ਨਹੀਂ ਦੂਜੀ ਗੱਲ ਕਿ ਜਿਹੜੀ ਫਸੀ ਉਹ ਵੀ ਜ਼ਿਆਦਾ ਚਿਰ ਵਸੀ ਨਹੀਂ ਤੀਜੀ ਗੱਲ ਉਹ ਵੀ ਕਿੱਦਾਂ ਫਸੀ ਇਹ ਵੀ ਗੱਲ ਪਚੀ ਨਹੀਂ ਮੁੱਕਦੀ ਗੱਲ ਕਿ ਉਸ ਤੋਂ ਬਾਅਦ ਕੋਈ ਫਸੀ ਨਹੀਂ ਉਹ ਹੁਸਨ ਦੀ ਸੋਹਣੀ ਸੀ ਪਾਪ ਕਮਾ ਲਿਆ ਹੋਣਾ ਏ ਭੁੱਲ ਗਈ ਹੋਣੀ ਏ ਯਾਰ ਬਣਾਉਣਿਆ ਹੋਣਾ ਏ ਮੇਰੇ ਸ਼ਕਲ ਦੇ ਰਾਂਝੇ ਤੋਂ ਚਾਲ ਚਲਾਈ ਨਾ ਗਈ ਉਸ ਤੋਂ ਬਾਅਦ ਦੂਜੀ ਕੋਈ ਫਸਾਈ ਨਾ ਗਈ ਜੇ ਤੁਸੀਂ ਆਖੋ ਐਡਾ ਕੀ ਮੈਨੂੰ ਹੁੱਲਾ ਵੱਜਿਆ ਏ ਸੱਚ ਮੈਂ ਆਖਾਂ ਇਸ਼ਕੇ ਦਾ ਮੈਨੂੰ ਬੁੱਲਾ ਵੱਜਿਆ ਏ ਉਸ ਤੋਂ ਬਾਅਦ ਬਹੁਤ ਹਵਾਵਾਂ ਆਈਆਂ ਅੱਗ ਮਚਾਈ ਨਾ ਗਈ ਉਸ ਤੋਂ ਮਗਰੋਂ ਦੂਜੀ ਕੋਈ ਫਸਾਈ ਨਾ ਗਈ ਬਸ ਭੁੱਲ ਗਿਆ ਮੈਂ ਥੋੜ੍ਹਾ ਜੀ ਅਤੇ ਜੇ ਕਹੋ ਤਾਂ ਬੋਲ ਦਿੰਦਾ ਨਹੀਂ ਤਾਂ ਠੀਕ ਹੈ ਜੀ ਅੱਛਾ ਅਸੀਂ ਉਹ ਸੁਣਾ ਸਕਦਾ ਸੱਜਣੋ ਪਿਆਰੇ ਉਹ ਹਿੱਟ ਹੋਣਾ ਚਾਹੁੰਦਾ ਹਾਂ ਤੁਹਾਡੇ ਜੇ ਚਿਹਰਿਆਂ ਦੇ ਵਿੱਚ ਹੋਣਾ ਚਾਹੁੰਦਾ ਹਾਂ ਹਿੱਟ ਕੁਝ ਇੰਜ ਹੋਵਾਂ ਬੱਚਾ ਬੱਚਾ ਜਾਣ ਕੇ ਫੋਟੋ ਕਰਵਾਉਣ ਲੋਕ ਮੈਨੂੰ ਪਹਿਚਾਣ ਕੇ ਪਰ ਦਿਲ ਦੀ ਜੇ ਗੱਲ ਦੱਸਾਂ ਹੋਇਆ ਪਤਾ ਕੀ ਏ ਮੇਰੀ ਪਹਿਲੀ ਵਾਲੀ ਵੀਡੀਓ ਨੂੰ 25 ਵਿਊ ਏ ਬਸ ਤੁਹਾਡੇ ਜੇ ਚਿਹਰਿਆਂ ਦੇ ਵਿੱਚ ਹੋਣਾ ਚਾਹੁੰਦਾ ਹਾਂ ਮਿੱਤਰੋ ਪਿਆਰੇ ਉਹ ਹਿੱਟ ਹੋਣਾ ਚਾਹੁੰਦਾ ਹਾਂ ਮੇਰੇ ਵਾਲੀ ਆਈ ਡੀ ਦਾ ਹੱਲ ਦੱਸੋ ਕੀ ਏ 7-8 ਮੁੰਡੇ ਨੇ ਅਤੇ 7-8 ਕੁੜੀਆਂ ਅਤੇ ਮੁੰਡੇ 230 ਏ ਮੇਰੇ ਵਾਲੀ ਆਈ ਡੀ ਦਾ ਹੱਲ ਦੱਸੋ ਕੀ ਏ 7-8 ਕੁੜੀਆਂ ਅਤੇ ਮੁੰਡੇ 230 ਏ ਬਸ ਮੇਰੇ ਵਾਲੀ ਆਈ ਡੀ ਦਾ ਮੈਂ ਭੁੱਲ ਗਿਆ ਜੀ ਠੀਕ ਹੈ ਜੀ ਧੰਨਵਾਦ